ਸਤਿਗੁਰ ਦੇ ਸਰੂਹ ਦੇ ਵਿੱਚ ਹੋਇਆ ਸਾਰਾ ਕੁਛ। ਉਦੋਂ ਪਹਿਲਾਂ ਦਾ ਜੋ ਸ੍ਰਿਸ਼ਟੀ ਦੇ ਰਚਣ ਵੇਲੇ ਉਹ ਸ੍ਰੀ ਸਰਬਲੋਹ ਪ੍ਰਕਾਸ਼ ਦੇ ਵਿੱਚ, ਸਰਬਲੋਹ ਪ੍ਰਕਾਸ਼ ਜਿਹੜਾ ਮੈਂ ਤਾਂਹੀਓ ਕਿਹਾ ਦੋ ਪੋਥੀਆਂ ਨੇ ਥੱਲੇ ਮਾੜਾ ਮਾੜਾ ਲਿਖਿਆ ਵੀ ਹੋਇਆ ਸਟੀਕ ਕੀਤਾ ਹੋਇਆ, ਉਹ ਲੈ ਕੇ ਦੋ ਕੰਗ ਇੱਕ ਅੰਗ ਹੀ ਭਾਵੇਂ ਰੋਜ਼ ਪੜ੍ਹ ਲਓ। ਵੀ ਅੱਜ ਵੀ ਇੱਕ ਸਿੰਘ ਪੁੱਛਦਾ ਸੀ ਉਹ ਕਿੱਥੇ ਲਿਖਿਆ ਖਾਲਸਾ ਮੇਰਾ ਰੂਪ ਹੈ ਖਾਸ, ਮੈਂ ਹੁਣ ਕਹਿੰਦਾ ਸਰਬਲੋਹ ਪੜ੍ਹਿਆ ਮੈਂ ਚੰਗੀ ਤਰ੍ਹਾਂ ਨਹੀਂ ਪੜ੍ਹਿਆ, ਤਾਂ ਉਹਦੇ ਵਿੱਚ ਹੀ ਲਿਖਿਆ ਹੋਇਆ। ਸਰਬਲੋਹ ਦੇ ਵਿੱਚ ਬਹੁਤ ਕੁਛ ਖਾਲਸੇ ਨਿਮਿਤ ਲਿਖਿਆ ਹੋਇਆ। ਅਤੇ ਇੱਕ ਜਿਹੜੇ ਇਹ ਨੇ ਇਹ ਸਾਡੇ ਸਿਆਣੇ, ਅੱਜ ਸਾਰੇ ਸਿੱਖ ਸਿਆਣੇ ਬੁੱਧੀਮਾਨ ਹੋ ਗਏ, ਸਕੂਲਾਂ ਦੀ ਕਾਹਦੀ ਪੜ੍ਹਾਈ ਕਰ ਲਈ ਜਮ੍ਹਾਂ ਹੀ ਬੇਮੁੱਖ ਹੋ ਗਏ। ਇਹ ਸਾਰਾ ਕੁਝ ਮਹਾਰਾਜ ਨੇ ਸਾਡੇ ਵਾਸਤੇ, ਜਿਹੜਾ ਆਪਾਂ ਉਦਣ ਗ੍ਰੰਥ ਵਿੱਦਿਆ ਸਾਗਰ ਦੀ ਗੱਲ ਕੀ, ਨੌ ਮਣ ਦਾ ਇੱਕ ਗ੍ਰੰਥ ਲਿਖਾਇਆ ਸੀ ਮਹਾਰਾਜ ਨੇ ਛੋਟੇ ਛੋਟੇ ਅੱਖਰਾਂ ਵਿੱਚ ਕਵੀਆਂ ਤੋਂ, ਨੌ ਮਣ ਦਾ ਗ੍ਰੰਥ ਜਿਹੜਾ ਰੁੜ ਗਿਆ ਹੁਣ ਸਰਸਾ ਦੇ ਵਿੱਚ। ਜੇ ਉਹ ਹੁੰਦਾ ਫਿਰ ਤਾਂ ਆਪਾਂ ਨੂੰ ਬਹੁਤ ਔਖਾ ਸੀ ਪੜ੍ਹੋ, ਨੌ ਮਣ ਦਾ ਗ੍ਰੰਥ ਕਿਹੜਾ ਪੜ੍ਹੇ। ਇਸ ਕਰਕੇ ਮਹਾਰਾਜ ਨੇ ਬਹੁਤ ਕੁਛ ਦਿੱਤਾ। ਜਦੋਂ ਸਤਿਗੁਰੂ ਜੀ ਸੱਚਖੰਡ ਜਾਣ ਲੱਗੇ ਹਜ਼ੂਰ ਸਾਹਿਬ, ਚਾਰ ਕੁ ਦਿਨ ਪਹਿਲਾਂ ਸਿੱਖ ਕੋਲ ਬਹਿ ਜਾਣ, ਮਹਾਰਾਜ ਜੀ ਹੁਣ ਜੇ ਆਹ ਕੰਮ ਕਰਨਾ ਫਿਰ ਕੀ ਕਰਿਆ ਕਰਾਂਗੇ, ਆਹ ਜੇ ਕਰਨਾ ਫਿਰ ਕਿਹੜਾ ਅਭਿਆਸ ਕਰੀਏ, ਫਿਰ ਆਹ ਕਰੀਏ। ਸਤਿਗੁਰੂ ਫਿਰ ਦੱਸੀਗੇ ਵੀ ਹੁਣ ਜਾਣਾ ਅਸੀਂ ਹੁਣ, ਫਿਰ ਮਹਾਰਾਜ ਜੀ ਕਹਿਣ ਆਹ ਭਾਈ ਅਭਿਆਸ ਸ਼ਬਦ ਦਾ ਕਰ ਲਿਆ ਕਰੋ, ਆਹ ਕਰ ਲਿਆ ਕਰਿਓ, ਆਹ ਕਰ ਲਿਆ ਕਰਿਓ। ਮਹਾਰਾਜ ਜੀ ਜੇ ਕੰਮ ਬਹੁਤ ਅੜ ਜੇ, ਜੇ ਸੰਕਟ ਪੈ ਜੇ ਬਹੁਤ ਜ਼ਿਆਦਾ, ਸਤਿਗੁਰੂ ਕਹਿੰਦੇ ਫਿਰ ਭਾਈ ਤੁਸੀਂ ਸੰਪਟ ਲਾ ਕੇ ਪਾਠ ਕਰਨਾ। ਇਹ ਜਿਹੜਾ ਸੰਪਟ ਪਾਠ ਉੱਥੋਂ ਮਹਾਰਾਜ ਜੀ ਦੇ ਅਖੀਰ 'ਤੇ ਇਹ ਮੁਕਤ ਮਾਰਗ ਗ੍ਰੰਥ ਜਿਹੜਾ ਲਿਖਿਆ ਗਿਆ ਉਹਦੇ ਵਿੱਚ, ਮੁਕਤ ਮਾਰਗ ਵਿੱਚ ਹੀ ਰਲੇਵਾਂ ਹੋ ਗਿਆ ਕਿਉਂ ਹੱਥ ਲਿਖ ਸੀ ਬਹੁਤ ਜ਼ਿਆਦਾ। ਇਸ ਕਰਕੇ ਉਹ ਜਿਹੜਾ ਸੰਪਟ ਕੀ ਚੀਜ਼, ਸੰਪਟ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਵੀ ਹੈਗਾ, ਆਹ ਜਿਹੜਾ 52 ਅੱਖਰ ਹੀ ਹੈ ਸਾਰਾ ਸੰਪਟ ਹੀ ਹੈ, ਸਲੋਕ ਹੈ ਫਿਰ ਪੌੜੀ ਹੈ, ਫਿਰ ਸਲੋਕ ਹੈ ਫਿਰ ਪੌੜੀ ਹੈ। ਸੰਪਟ ਮੇਨ ਉਹਦਾ ਗੁਰਦੇਵ ਮਾਤਾ ਗੁਰਦੇਵ ਪਿਤਾ ਸ਼ੁਰੂ 'ਚ ਹੈ, ਗੁਰਦੇਵ ਮਾਤਾ ਗੁਰਦੇਵ ਪਿਤਾ ਅਖੀਰ 'ਤੇ ਜਾ ਕੇ ਆ, ਇਹੀ ਸੰਪਟ ਹੈ। ਸੰਪਟ ਕੀ ਚੀਜ਼ ਹੁੰਦੀ ਹੈ? ਸੰਪਟ ਬਸ ਇੱਕ ਸ਼ਬਦ ਉੱਪਰ ਲਾਉਣਾ, ਜੋ ਇੱਛਾ ਉਹ ਵਿਚਾਲੇ ਲਾ ਦਿੱਤਾ। ਔਰ ਸੰਪਟ ਕੀ ਚੀਜ਼ ਹੁੰਦੀ? ਜਦੋਂ ਆਹ ਕੋਈ ਚੀਜ਼ ਮਾਰਦੇ ਪਹਿਲਾਂ ਵੀ ਦੱਸਿਆ ਅਤੇ ਬਈ ਤੌੜੀ ਦੇ ਵਿੱਚ ਪਾ ਕੇ ਸੁੱਖਾ, ਉਹਦੇ ਉੱਤੇ ਫਿਰ ਪਾ ਦਿੰਦੇ ਨੇ ਜਿਹੜਾ ਪਾਰਾ ਕੱਚਾ, ਫਿਰ ਸੁੱਖਾ, ਫਿਰ ਪਾਰਾ, ਫਿਰ ਸੁੱਖਾ, ਫਿਰ ਪਾਰਾ ਪਾ ਕੇ ਭਰ ਕੇ ਚੰਗੀ ਤਰ੍ਹਾਂ ਉੱਤੇ ਉਹਦੇ ਜਿਹੜਾ ਹੁੰਦਾ ਨਾ ਢੱਕਣ ਜਿਹਾ ਉਹਦਾ, ਉਹਨੂੰ ਆਟਾ ਲਾ ਕੇ ਬੰਦ ਕਰਕੇ ਫਿਰ ਗੋਹੇ ਬਹੁਤ ਸਾਰੇ ਲੈ ਕੇ ਉਹਨਾਂ ਵਿੱਚ ਰੱਖ ਕੇ ਉੱਪਰ ਤੱਕ ਗੋਹੇ ਖੜਾ ਕੇ ਅੱਗ ਲਾਉਂਦੇ ਰਾਤ ਨੂੰ। ਉਹ ਬਲਦਾ 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 ਸਵੇਰ ਤੱਕ ਸਾਰਾ ਪਾਰਾ ਮਰ ਜਾਂਦਾ, ਉਹ ਬੂਟੀ ਵੀ ਸੜ ਜਾਂਦੀ ਜਿਹੜੀ ਵਿੱਚ ਰੱਖੀ ਸੀ। ਇੱਕ ਤਰੀਕੇ ਹੁੰਦੇ, ਬਹੁਤ ਸਾਰੇ ਤਰੀਕੇ 'ਚ ਦੇਖਣੇ ਪੈਂਦੇ ਨੇ। ਇਸ ਕਰਕੇ ਇਹ ਸਾਰੀਆਂ ਚੀਜ਼ਾਂ ਇਹਨੂੰ ਸੰਪਤੀ ਕਹਿੰਦੇ ਨੇ। ਵਾਰ ਵਾਰ ਜਿਹੜਾ ਆਪਾਂ ਇਸ ਚੀਜ਼ ਦਾ ਮਹਾਰਾਜ ਕਹਿੰਦੇ ਵੀ ਕਹਿੰਦੇ ਹਾਂ, ਕੋਈ ਬਹੁਤ ਕੰਮ ਅੜ ਜੇ, ਕੋਈ ਪੰਥਕ ਕਾਰਜ ਹੋਵੇ ਫਿਰ ਕਰਨਾ। ਹੁਣ ਕਾਰਜ ਇਹੋ ਜਿਹੇ ਨਹੀਂ, ਸਭ ਦੇ ਹਰੇਕ ਦਾ ਹੀ ਅੜ ਜਾਂਦਾ। ਕੰਮ ਅੜਦਾ ਕਿਉਂ? ਕਿਉਂਕਿ ਹਰੇਕ ਬੰਦਾ ਓਨੀ ਬਾਣੀ ਨਹੀਂ ਪੜ੍ਹਦਾ ਜਿੰਨੀ ਗੁਰੂ ਸਾਹਿਬ ਕਹਿ ਕੇ ਗਏ ਸੀ, ਕੋਈ ਪਾਠ ਨਹੀਂ ਕਰਦਾ, ਕੋਈ ਰਹਿਤ ਨਹੀਂ ਰੱਖਦਾ। ਇਸ ਕਰਕੇ ਹੁੰਦਾ, ਕੋਈ ਬੰਦਾ ਜਿਵੇਂ ਕਹਿੰਦਾ ਸੀਗਾ ਵੀ ਅੱਗੇ ਖੇਤੀ ਬੀਜਦੇ ਹੁੰਦੇ ਸਤਯੁਗ ਦੇ ਵਿੱਚ, ਨਾਲ ਦੀ ਨਾਲ ਕਣਕ ਦੂਜੇ ਦਿਨ ਹੋ ਜਾਂਦੀ ਸੀ। ਕਹਿੰਦਾ ਇਹ ਮੈਂ ਨਹੀਂ ਮੰਨਦਾ, ਮਹਾਤਮਾ ਸੀ ਜੰਗਲ 'ਚ ਕੋਈ, ਉਹਨੂੰ ਬੰਦੇ ਨੇ ਕਿਹਾ ਮਹਾਤਮਾ ਕਹਿੰਦੇ 12 ਫੁੱਟ ਧਰਤੀ ਪੱਟੋ। ਫਿਰ ਕਿਹਾ 12 ਫੁੱਟ ਧਰਤੀ ਪੱਟ ਲਈ, ਵੱਡਾ ਸਾਰਾ ਥਾਂ ਪੱਟ ਲਿਆ। ਕਹਿੰਦੇ ਲੈ ਕਣਕ ਬੀਜ ਦਿਓ ਇਹਦੇ। ਕਣਕ ਬੀਜੀ, ਸਵੇਰ ਨੂੰ ਕਣਕ ਉੱਗੀ ਹੋਈ ਸੀ। ਕਹਿੰਦੇ ਇਹ ਸਤਯੁਗ ਵੇਲੇ ਦੀ ਧਰਤੀ ਜਿਹਦੇ 'ਤੇ 12 ਫੁੱਟ ਲੇਅਰ ਉੱਤੇ ਆ ਗਈ ਆ ਹੁਣ। ਇਸ ਕਰਕੇ ਇਹ ਜਿਹੜੀ ਧਰਤੀ ਹੈ, ਇਹ ਚੀਜ਼ਾਂ ਸਾਰੀਆਂ ਹੁਣ ਆਪਣਾ ਨਹੀਂ ਦੇਖ, ਆਪਣੇ ਆਪ ਨੂੰ ਪਤਾ ਸ਼ੀਸ਼ੇ 'ਚ ਦੇਖਿਆ ਵੀ ਅਸੀਂ ਉਹੋ ਜਿਹੇ ਹੁਣ ਸਿੱਖ, ਆਪਾਂ ਉਹੋ ਜਿਹੇ ਸਿੱਖ ਨਹੀਂ ਹੈਗੇ। ਜੇ ਉਹੋ ਜਿਹੇ ਸਿੱਖ ਹੁਣ ਹੈਗੇ ਆ, ਕਿਤੇ ਕਿਤੇ ਮਿਲਦੇ ਆ, ਮੈਂ ਕਹਿੰਦਾ ਮਿੰਟਾਂ ਸਕਿੰਟਾਂ ਤੋਂ ਪਹਿਲਾਂ ਕੰਮ ਕਰਦੇ ਆ ਉਹ, ਸਾਡੀ ਉਹਦੀ ਕਮਾਈ ਨਹੀਂ ਹੈ। ਇਸ ਕਰਕੇ ਕਹਿੰਦੇ ਹਨ